ਵਾਲੀ ਆ। ਤੁਸੀਂ ਪੰਜਾਬ ਡੈਰੀ ਦੇ ਨਾਲ ਉਹ ਭਾਵੇਂ ਮਲਟੀਮਿਲੀਅਨਰ ਨੇ, ਉਹਨਾਂ ਨੂੰ ਕੋਈ ਉਹਨਾਂ ਵਾਸਤੇ ਮਟੀਰੀਅਲ ਹੈ, ਪਰ ਇਹ ਇੱਜ਼ਤ ਹੈ, ਇੱਕ ਇੱਜ਼ਤ ਹੈ ਇੰਨੇ ਵੱਡੇ ਬਾਬਾ ਫਰੀਦ ਜੀ ਦੇ ਪਵਿੱਤਰ ਸਥਾਨ ਤੋਂ ਉਹਨਾਂ ਨੂੰ ਇਹ ਅਵਾਰਡ ਮਿਲਣਾ ਬਹੁਤ ਵੱਡੇ। ਉਹਨਾਂ ਨੇ ਬਹੁਤ ਹੋਰ ਅਵਾਰਡ ਵੀ ਲਏ ਹੋਣੇ ਔਰ ਉਹਨਾਂ ਨੇ ਮਨਜ਼ੂਰ ਕਰ ਲਿਆ ਆਪ ਆਉਣਾ, ਆਉਣ ਦਾ ਮਨਜ਼ੂਰ ਕਰ ਲਿਆ। ਸਾਡੀ ਦਿੱਕਤ ਇਹ ਸੀਗੀ ਕਿ ਅਸੀਂ ਦੇਣੇ ਉਹਨਾਂ ਨੂੰ ਆ ਜਿਹੜੇ ਆ ਸਕਣ, ਖੁਦ ਆ ਕੇ ਲਵੇ। ਉਹਨਾਂ ਦੇ ਨੁਮਾਇੰਦੇ ਬੈਠੇ ਆ ਪਿੱਛੇ, ਉਹਨਾਂ ਨੇ ਉਹਨਾਂ ਤੋਂ ਯੈਸ ਲੈ ਲਈ ਹੈ ਟੈਲੀਫੋਨ ਤੇ ਕਿ ਉਹ ਖੁਦ ਆ ਕੇ ਇਹ ਅਵਾਰਡ ਜਿਹੜਾ ਨਾ ਲੈਣ। 22 ਤੇ 30 ਤਰੀਕ ਨੂੰ ਰਾਤ ਨੂੰ ਵੀ ਆਪਣੇ ਘਰਾਂ ਦੇ ਦੀਪਮਾਲਾ ਕੀਤੀ ਜਾਵੇ, ਕਿਉਂਕਿ ਬਾਬਾ ਫਰੀਦ ਸਾਹਿਬ ਜੀ ਦਾ ਬੜਾ ਪਵਿੱਤਰ ਇਹ ਆਗਮਨ ਪੁਰਬ ਹੈ ਇਸ ਜਜ਼ਬਾਂ 'ਚ। ਵਾਹਿਗੁਰੂ ਜੀ ਕਾ ਖਾਲਸਾ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਤੁਸੀਂ ਸਾਰੇ ਸਤਿਕਾਰਯੋਗ ਹੋ। ਮੈਂ ਦੋਨਾਂ ਸਭਾਵਾਂ ਵਾਨੀਆਂ, ਟਿੱਲਾ ਬਾਬਾ ਫਰੀਦ ਰਿਲੀਜੀਅਸ ਐਂਡ ਚੈਰੀਟੇਬਲ ਸੁਸਾਇਟੀ ਔਰ ਗੁਰਦੁਆਰਾ ਗੋਦਰੀ ਸਾਹਿਬ ਬਾਬਾ ਫਰੀਦ ਜਿਹੜੇ ਸੁਸਾਇਟੀ ਹੈ, ਦੋਵਾਂ ਵਾਨੀਆਂ ਤੁਹਾਨੂੰ ਅਤੇ ਸਾਰੀ ਕਮੇਟੀ ਵਾਨੀਆਂ ਜੀ ਆਇਆਂ ਕਹਿੰਦਾ। ਅੱਜ ਜਿਹੜਾ ਆਪਣਾ ਸਭ ਤੋਂ ਇੰਪੋਰਟੈਂਟ ਅਸੀਂ ਤੁਹਾਡੇ ਨਾਲ ਇੱਕ ਸ਼ੇਅਰ ਕਰਨ ਲੱਗੇ ਹਾਂ ਕਿ ਯੂਨੈਨੀਮਸਲੀ ਅਸੀਂ ਜੋ ਫੈਸਲਾ ਕੀਤਾ ਉਹ ਰੋਮਾਣਾ ਸਾਹਿਬ ਤੁਹਾਨੂੰ ਬਰੀਫ ਕਰਦੇ ਹੈ, ਜਿਨ੍ਹਾਂ ਦਾ ਨਾਂ ਅਸੀਂ ਇਸ ਜਿਹੜਾ ਅਵਾਰਡ ਦਿੰਦੇ ਹਾਂ ਉਸ ਵਾਸਤੇ, ਅਤੇ ਉਸ ਵਕਤ ਫਿਰ ਡਾਕਟਰ ਸਾਹਿਬ ਤੁਹਾਨੂੰ ਕਰਦੇ ਆ, ਬਾਅਦ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਆਪਾਂ ਹਰ ਸਾਲ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਉਂਦੇ ਹਾਂ, ਇਹਦੀ ਕਵਰੇਜ ਕਰਦੇ ਹਾਂ, ਅਤੇ ਪੂਰੀ ਦੁਨੀਆ 'ਚ ਬਾਬਾ ਫਰੀਦ ਜੀ ਦੇ ਇਸ ਇਤਿਹਾਸਿਕ ਸਥਾਨ ਦੀ ਜਿਹੜੀ ਮਹਾਨਤਾ ਮਹੱਤਤਾ ਔਰ ਮੇਲੇ 'ਚ ਜੋ ਵੀ ਗਤੀਵਿਧੀਆਂ ਹੁੰਦੀਆਂ ਪਹੁੰਚਾਉਂਦੇ ਹਾਂ, ਤੁਹਾਡਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਔਰ ਇਹ ਸਾਡੀ ਕਮੇਟੀ ਵਾਸਤੇ ਬੜੇ ਵੱਡੇ ਇਮਤਿਹਾਨ ਦੀ ਗੱਲ ਹੈ ਕਿ ਐਤਕੀ ਪਹਿਲੀ ਵਾਰੀ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ, ਜਿਨ੍ਹਾਂ ਨੇ 1969 ਤੋਂ ਲੈ ਕੇ 2023 ਦਾ ਮੇਲਾ ਵੀ ਉਹਨਾਂ ਨੇ ਖੁਦ ਨਿਭਾਇਆ ਬੜੀ ਤੰਦਰੁਸਤੀ 'ਚ, ਅਤੇ 10 ਦਸੰਬਰ 2023 ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਗੈਰ ਹਾਜ਼ਰੀ 'ਚ ਅਸੀਂ ਇਹ ਮੇਲਾ ਮਨਾਉਣ ਜਾ ਰਹੇ ਹਾਂ, ਤੁਸੀਂ ਵੀ ਸਾਡੇ ਨਾਲ ਇਸ ਸ਼ਹਿਰ ਦੇ ਬਛਿੰਦੇ ਹੋ, ਸਾਡਾ ਤਨਦੇਹੀ ਨਾਲ ਸਾਥ ਦੇਵੋਗੇ, ਔਰ ਸਾਡੇ ਵਾਸਤੇ ਤੁਹਾਡੇ ਵਾਸਤੇ ਸਾਰੇ ਸ਼ਹਿਰ ਨਿਵਾਸੀਆਂ ਵਾਸਤੇ ਇਲਾਕਾ ਨਿਵਾਸੀਆਂ ਵਾਸਤੇ ਬੜੀ ਇਮਤਿਹਾਨ ਦੀ ਕਰੀ ਹੈ। ਔਰ ਤੁਹਾਨੂੰ ਇਹ ਪਤਾ ਹੀ ਹੈ ਕਿ ਬਾਬਾ ਫਰੀਦ ਜੀ ਦਾ ਇਹ ਆਗਮਨ ਪੁਰਬ ਜਿਹੜਾ ਹੈ 809ਵਾਂ ਆਗਮਨ ਪੁਰਬ ਹੈ, ਕਿਉਂਕਿ 1215 ਈਸਵੀ 'ਚ ਬਾਬਾ ਫਰੀਦ ਜੀ ਫਰੀਦਕੋਟ ਤਸ਼ਰੀਫ ਲਿਆਏ ਸੀਗੇ ਜਦੋਂ ਦਿੱਲੀ ਤੋਂ ਪਾਕਿਸਤਾਨ ਜਾ ਰਹੇ ਸੀ। ਔਰ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਕੋਈ 1969 ਤੋਂ ਲੈ ਕੇ 2023 ਤੱਕ 54 ਸਾਲ ਅੱਧੀ ਸਦੀ ਤੋਂ ਵੀ 5 ਸਾਲ ਬਾਅਦ ਨਿਸ਼ਕਾਮ ਸੇਵਾ ਇਹਨਾਂ ਸੰਸਥਾਵਾਂ ਦੀ ਨਿਭਾਈ ਆ, ਔਰ ਇੱਕ ਟਿੱਲਾ ਸਾਹਿਬ ਤੋਂ ਬਾਅਦ ਗੁਰਦੁਆਰਾ ਗੋਦਰੀ ਸਾਹਿਬ, ਲਾਅ ਕਾਲਜ, ਬਾਬਾ ਫਰੀਦ ਪਬਲਿਕ ਸਕੂਲ, ਇੰਨੀਆਂ ਸੰਸਥਾਵਾਂ ਉਹਨਾਂ ਨੇ ਆਪਦੇ ਹੱਥੀਂ ਨਿਰਮਾਣ ਕੀਤਾ, ਜਿਹੜੇ ਲੋਕਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ, ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਕੰਮ ਕਰਦੇ ਦੇਖਿਆ, ਜਿੰਨਾ ਚਿਰ ਸੰਸਥਾਵਾਂ ਰਹਿਣਗੀਆਂ ਉਹਨਾਂ ਨੂੰ ਹਮੇਸ਼ਾ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ। ਸੋ ਦੂਸਰੀ ਗੱਲ ਇਹ ਹੈ ਕਿ ਅਸੀਂ ਬੜੀ ਲੰਬੀ ਦੇਰ ਤੋਂ ਇਹ ਸੇਖੋਂ ਸਾਹਿਬ ਦੇ ਹੱਥੀਂ ਦੋ ਅਵਾਰਡ ਉਹਨਾਂ ਨੇ ਸ਼ੁਰੂ ਕੀਤੇ ਸੀ, ਇੱਕ ਭਗਤ ਪੂਰਨ ਸਿੰਘ ਸਮਾਜ ਸੇਵੀ ਅਵਾਰਡ, ਇੱਕ ਬਾਬਾ ਫਰੀਦ ਓਨੈਸਟੀ ਅਵਾਰਡ।
ਜਿੰਨਾ ਚਿਰ ਤਾਂ ਭਗਤ ਜੀ ਜਿਉਂਦੇ ਰਹੇ ਉਹ ਇਸ ਵੇਲੇ ਨੂੰ 23 ਸਤੰਬਰ ਨੂੰ ਉਹਨਾਂ ਦੇ ਪਵਿੱਤਰ ਹੱਥਾਂ ਨਾਲ ਅਵਾਰਡ ਅਸੀਂ ਦਵਾਉਂਦੇ ਰਹੇ ਹਾਂ। ਉਦੋਂ ਬਾਅਦ ਉਹਨਾਂ ਦੀ ਜਿਹੜੀ ਜਾਨਸ਼ੀਨ ਸੀਗੇ ਡਾਕਟਰ ਇੰਦਰਜੀਤ ਕੌਰ ਉਹ ਇਹ ਸੇਵਾ ਨਿਭਾਉਂਦੇ ਰਹੇ ਆ। ਪਰ ਪਿਛਲੇ ਫਿਰ ਉਦੋਂ ਬਾਅਦ ਅਸੀਂ ਜਿਹੜੇ ਮਹਾਨ ਸ਼ਖਸੀਅਤ ਆ ਧਾਰਮਿਕ ਸ਼ਖਸੀਅਤ ਸੀਗੇ ਮਨਤੀਰ ਸਿੰਘ ਜੀ ਗੁਨਿਆਣੇ ਵਾਲੇ ਭਾਈ ਜਗਤਾ ਜੀ ਜਿਹੜੀ ਸੰਸਥਾ ਹੈਗੇ ਉਹਨਾਂ ਦੇ ਸੰਚਾਲਕ ਸੀਗੇ ਜਿੰਨਾ ਚਿਰ ਉਹ ਜਿਉਂਦੇ ਰਹੇ ਉਹ ਆਪਦੇ ਪਵਿੱਤਰ ਹੱਥਾਂ ਨਾਲ ਇਹ ਦੋਵੇਂ ਅਵਾਰਡ ਦਿੰਦੇ ਰਹੇ। ਉਦੋਂ ਬਾਅਦ ਹੁਣ ਉਹਨਾਂ ਦੇ ਜਾਨਸ਼ੀਨ ਮਨਕਾਨ ਸਿੰਘ ਜੀ ਉਹ ਇਹ ਅਵਾਰਡ ਦਿੰਦੇ ਰਹੇ ਆ ਅਤੇ ਇਸ ਵਾਰ ਵੀ ਉਹ ਪਵਿੱਤਰ ਹੱਥਾਂ ਨਾਲ ਆਪਣੇ ਨਾਲ ਇਹ ਅਵਾਰਡ ਦੇਣਗੇ। ਪਰ ਸੇਖੋਂ ਸਾਹਿਬ ਦੇ ਜਿਉਂਦੇ ਜੀ ਹੀ ਕੋਈ 2-2.5 ਸਾਲ ਪਹਿਲਾਂ ਅਸੀਂ ਜਿਹੜਾ ਓਨੈਸਟੀ ਦਾ ਅਵਾਰਡ ਬੰਦ ਕਰ ਦਿੱਤਾ ਸੀਗਾ ਕਿਉਂਕਿ ਅਸੀਂ ਇਮਾਨਦਾਰੀ ਦਾ ਅਵਾਰਡ ਦੇ ਦਿੰਦੇ ਸੀ ਅਤੇ ਬਾਅਦ ਬਹੁਤ ਸਾਰੇ ਲੋਕਾਂ ਦੇ ਗ੍ਰੀਵੈਂਸਸ ਆਉਂਦੇ ਸੀ ਕਿ ਤੁਸੀਂ ਗਲਤ ਦੇਤਾ ਉਹ ਦੇਤਾ। ਔਰ ਅਸੀਂ ਵੀ ਬੜੀ ਲੰਬੀ ਚੌੜੀ ਸੋਚ ਵਿਚਾਰ ਤੋਂ ਬਾਅਦ ਸੇਖੋਂ ਸਾਹਿਬ ਨੇ ਫੈਸਲਾ ਲਿਆ ਕਿ ਨੋਬਲ ਵਾਲੇ ਵੀ ਓਨੈਸਟੀ ਦੇ ਅਵਾਰਡ ਨਹੀਂ ਦਿੰਦੇ ਅਤੇ ਓਨੈਸਟੀ ਵਾਕਈ ਕਿਸੇ ਦੀ ਤਸਦੀਕ ਕਰਨੀ ਬਹੁਤ ਔਖੀ ਹੈ ਕਿਉਂਕਿ ਇਕੱਲਾ ਪੈਸਾ ਨਾ ਲੈਣਾ ਵੱਡੀ ਨਾ ਲੈਣਾ ਇਹਦੀ ਓਨੈਸਟੀ ਨਹੀਂ ਹੁੰਦੀ। ਉਹਦਾ ਸਮਾਜ 'ਚ ਉਹਦਾ ਵਿਚਰਨਾ ਆਪਦੇ ਪਰਿਵਾਰਾਂ 'ਚ ਆਪਦੇ ਰਿਸ਼ਤੇਦਾਰਾਂ 'ਚ ਉਹਦਾ ਚਾਲ ਚੱਲਣ ਉਹਦਾ ਕਰਦਾਰ ਹਰ ਚੀਜ਼ ਓਨੈਸਟੀ 'ਚ ਆਉਂਦੀ ਹੈ। ਕਿਸੇ ਅਹੁਦੇ 'ਤੇ ਬਹਿ ਕੇ ਕਿਸੇ ਦੀ ਮੈਰਿਟ ਬਾਈਪਾਸ ਕਰਨਾ ਕਿਸੇ ਦੀ ਨੀਅਰ ਡੀਅਰ ਨੂੰ ਫਾਇਦਾ ਦੇਣਾ ਉਹ ਆਪਣੀ ਤਸਦੀਕ 'ਚ ਨਹੀਂ ਆਉਂਦੇ। ਇਸ ਕਰਕੇ ਬਹੁਤ ਲੰਮੀ ਸੋਚ ਵਿਚਾਰ ਤੋਂ ਅਸੀਂ ਓਨੈਸਟੀ ਦਾ ਅਵਾਰਡ ਬੰਦ ਕਰ ਦਿੱਤਾ ਸੀ। ਔਰ ਪਿਛਲੇ 2 ਸਾਲਾਂ ਤੋਂ ਅਸੀਂ ਸਿਰਫ ਇਹ ਜਿਹੜਾ ਭਗਤ ਪੂਰਨ ਸਿੰਘ ਜੀ ਅਵਾਰਡ ਸੀ ਇਹਦਾ ਨਾਮ ਬਾਬਾ ਫਰੀਦ ਅਵਾਰਡ ਫਾਰ ਸਮਾਜ ਸੇਵਾ ਜਿਹੜੀ ਆ ਉਹ ਇਹਦਾ ਨਾਂ ਰੱਖਿਆ। ਔਰ ਇਸ ਸਾਲ ਵੀ ਸਾਡੇ ਕੋਲ ਜਿਹੜੀਆਂ ਕਾਫੀ ਅਰਜ਼ੀਆਂ ਆਈਆਂ ਸੀਗੀਆਂ ਉਹਨਾਂ 'ਚੋਂ 3 ਅਰਜ਼ੀਆਂ ਸ਼ਾਰਟਲਿਸਟ ਕਰਕੇ ਅਸੀਂ ਮੈਨੂੰ ਦੱਸਣ 'ਚ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਅਰਜ਼ੀ ਤਾਂ ਆਈ ਸੀਗੀ ਸਾਡੇ ਕੋਲ ਦਿੱਲੀ ਦੇ ਕੋਈ ਸੱਜਣ ਉਹਨਾਂ ਦਾ ਜਤਿੰਦਰ ਸਿੰਘ ਸੰਟੀ ਉਹ ਆਪਣੀ ਐਂਬੂਲੈਂਸ ਵੈਨ ਲੈ ਕੇ ਦਿੱਲੀ ਦੀਆਂ ਸੜਕਾਂ 'ਤੇ ਘੁੰਮਦੇ ਰਹਿੰਦੇ ਆ ਅਤੇ ਲੋੜਵੰਦਾਂ ਦੀ ਮਦਦ ਕਰਦੇ ਆ। ਬਹੁਤ ਸਾਰੀਆਂ ਲਾਵਾਰਸ ਲਾਸ਼ਾਂ ਦਾ ਉਹਨਾਂ ਨੇ ਸੰਸਕਾਰ ਕੀਤਾ। ਇੱਕ ਇਹ ਅਰਜ਼ੀ ਦਿੱਲੀ ਤੋਂ ਆਈ ਸੀ। ਇੱਕ ਇਹ ਅਰਜ਼ੀ ਸਾਡੇ ਕੋਲ ਕੋਈ 2 ਸੱਜਣ ਆ ਜਿਹੜੇ ਬੜੇ ਹੀ ਕਮਾਲ ਦਾ ਕੰਮ ਕਰ ਰਹੇ ਆ NRI ਵਰਿੰਦਰ ਸਿੰਘ ਪਰਿਹਾਰ ਇੱਕ ਸੇਵਾ ਮੁਕਤ ਕਮਿਸ਼ਨਰ ਜਸਜੀਤ ਸਿੰਘ ਆਹਲੂਵਾਲੀਆ IRS ਇਹ ਇਹਨਾਂ ਦਾ ਸੰਸਥਾ ਜਿਹੜੀ ਹੈ ਹੋਮ ਫਾਰ ਹੋਮਲੈਸ ਰਜਿਸਟਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅੱਜੋਵਾਲ 'ਚ ਇਹਨਾਂ ਨੇ ਜਿਹੜੇ ਬੇਘਰੇ ਲੋਕ ਆ ਨਾ ਲੋੜਵੰਦ ਉਹਨਾਂ ਨੂੰ ਘਰ ਬਣਾ ਕੇ ਦਿੰਦੇ। ਤੀਜੀ ਅਰਜ਼ੀ ਜਿਹੜੀ ਸਭ ਤੋਂ ਅਸੀਂ ਜਿਹਨਾਂ ਨੂੰ ਹੁਣ ਮੈਂ ਨਾਂ ਲੈਣ ਜਾ ਰਿਹਾ ਉਹ ਆਪਣੇ ਤੁਸੀਂ ਵੈਲ ਨੋਨ ਪਰਸਨ ਤੁਸੀਂ ਜਾਣਦੇ ਹੋ ਆਪਣੇ ਫਰੀਦਕੋਟ ਵੀ ਉਹਨਾਂ ਨੇ ਬੜਾ ਕੰਮ ਕੀਤਾ ਉਹ ਸਰਬੱਤ ਦਾ ਭਲਾ ਜਿਹੜਾ ਚੈਰੀਟੇਬਲ ਟਰੱਸਟ ਹੈ ਉਹਦੇ ਬਾਨੀ ਹੈ ਡਾਕਟਰ SP ਸਿੰਘ ਉਬਰਾਏ। ਅਸੀਂ ਐਤਕੀ ਉਹਨਾਂ ਨੂੰ ਇਹ ਸਾਡੀ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ। ਉਹਨਾਂ ਦੀਆਂ ਨੋਮੀਨੇਸ਼ਨਾਂ ਵੀ ਬਹੁਤ ਸਾਰੇ ਚੰਗੇ ਬੰਦਿਆਂ ਨੇ ਸਾਨੂੰ ਭੇਜੀ ਹੈ ਪਰ ਉਹਨਾਂ ਨੂੰ ਅਸੀਂ ਸਿਲੈਕਟ ਕਰਨ ਜਾ ਰਹੇ ਹਾਂ। ਇਹ ਅਵਾਰਡ 23 ਸਤੰਬਰ ਨੂੰ ਮਨਕਾਨ ਸਿੰਘ ਜੀ ਆਪਣੇ ਪਵਿੱਤਰ ਹੱਥਾਂ ਨਾਲ ਡਾਕਟਰ SP ਸਿੰਘ ਉਬਰਾਏ ਨੂੰ ਦੇਣ ਅਤੇ ਅਸੀਂ ਖੁਸ਼ੀ ਲੈ ਰਹੇ ਹਾਂ ਉਹਨਾਂ ਨੂੰ ਇਹ ਅਵਾਰਡ ਦੇਣ ਦੀ। ਉਹਨਾਂ ਦਾ ਬਹੁਤ ਸਾਰੀ ਲੰਬੀ ਲਿਸਟ ਹੈ ਜਿਹੜੇ ਉਹਨਾਂ ਨੇ ਕੰਮ ਕੀਤੇ ਹੈ ਪਰ ਸਭ ਤੋਂ 2-3 ਇੰਪੋਰਟੈਂਟ ਕੰਮ ਜਿਹੜੇ ਮੈਂ ਉਹਨਾਂ ਨੇ ਜਿਹੜੇ ਬਣਾਉਣ ਲੱਗਿਆ ਤੁਹਾਨੂੰ। ਇੱਕ ਤਾਂ ਉਹਨਾਂ ਨੇ 825 ਤੋਂ ਵੱਧ ਨੌਜਵਾਨ ਵਿਅਕਤੀਆਂ ਨੂੰ ਜਿਹਨਾਂ ਵਿੱਚੋਂ ਕਈਆਂ ਨੂੰ ਕਿਉਂਕਿ ਇਸਲਾਮਿਕ ਕੰਟਰੀ 'ਚ ਜਿਹੜੀ ਹੈ ਮੌਤ ਦੀ ਸਜ਼ਾ
ਮਾਫੀ ਦਿੱਤੀ ਜਾ ਸਕਦੀ ਹੈ ਤੇ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਹੁੰਦੀ ਹੈ ਨਾ ਉਹ ਬਲੱਡ ਮਨੀ ਦੇ ਕੇ ਉਹਨਾਂ ਨੂੰ ਉਹ ਪਰਿਵਾਰ ਦੀ ਮਰਜ਼ੀ ਨਾਲ ਛੱਡਿਆ ਜਾ ਸਕਦਾ, ਫਾਂਸੀ ਤੋਂ ਮੁਕਤ ਕੀਤਾ ਜਾ ਸਕਦਾ। ਔਰ ਇਹਨਾਂ ਨੇ ਬਲੱਡ ਮਨੀ ਦੇ ਕੇ 825 ਬੰਦਿਆਂ ਦੀ ਫਾਂਸੀ ਤੋਂ ਜਾਨ ਬਚਾਈ ਹੈ। ਇਹ ਬਹੁਤ ਵੱਡੀ ਗੱਲ ਹੈ। ਜਾਣੇ ਅਣਜਾਣੇ 'ਚ ਕਈ ਵਾਰੀ ਗੁੱਸੇ 'ਚ ਬੰਦੇ ਕੋਈ ਦੁਸ਼ਮਣੀ ਨਹੀਂ ਹੁੰਦੀ, ਬੰਦੇ ਨੂੰ ਲੜ ਪੈਂਦੇ ਆ, ਬੰਦਾ ਮਰ ਜਾਂਦਾ, ਪਰ ਮੌਤ ਤਾਂ ਮੌਤ ਹੀ ਹੈ ਨਾ। ਇਹ 825 ਬੰਦਿਆਂ ਦੀ ਉਹਨਾਂ ਨੇ ਜਾਨ ਬਚਾਈ ਹੈ। ਅਤੇ ਦੂਜੀ ਗੱਲ ਆ, ਉਹਨਾਂ ਨੇ 4 ਆਕਸੀਜਨ ਦੇ ਪਲਾਂਟ 9 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਆ, ਜਿਨ੍ਹਾਂ 'ਚੋਂ 1 ਆਪਣੇ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਵੀ ਬਣਾਇਆ। ਕਰੋਨਾ ਵੇਲੇ ਤੁਹਾਨੂੰ ਪਤਾ ਹੀ ਵੀ ਆਕਸੀਜਨ ਦੀ ਕਿੰਨੀ ਜਿਹੜੀ ਜ਼ਰੂਰਤ ਸੀਗੀ, ਅਤੇ ਆਕਸੀਜਨ ਪੂਰੀ ਨਹੀਂ ਆ ਸਕਦੀ, ਇੰਨੀ ਆਪਣੇ ਦੇਸ਼ ਦੀ ਵੱਡੀ ਆਬਾਦੀ ਹੈ। ਪਰ ਫਿਰ ਵੀ ਉਹਨਾਂ ਨੇ ਆਪਣੇ ਫਰੀਦਕੋਟ ਨੂੰ ਚੁਣਿਆ ਔਰ ਇੱਥੇ ਉਹਨਾਂ ਨੇ ਆਪਣੇ ਮੈਡੀਕਲ ਕਾਲਜ 'ਚੋਂ ਇੱਕ ਆਕਸੀਜਨ ਯੂਨਿਟ ਲਵਾਇਆ। ਅਤੇ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਇਹ ਜਿਹੜਾ ਸਰਵਾਧਾਪੁਰਾ ਟਰੱਸਟ ਹੈ, ਜਿਹੜਾ ਏਰੀਆ ਜੁਰਿਡਿਕਸ਼ਨ ਹੈ ਇਹਦੀ, ਉਹ ਪੂਰੇ ਪੰਜਾਬ 'ਚ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਪਟਨਾ ਸਾਹਿਬ, ਹਜ਼ੂਰ ਸਾਹਿਬ, ਹੈਦਰਾਬਾਦ ਅਤੇ ਰਾਜਸਥਾਨ 'ਚ ਸਰਵਾਧਾਪੁਰਾ ਟਰੱਸਟ ਕੰਮ ਕਰ ਰਿਹਾ। ਔਰ ਉਸ ਤੋਂ ਅੱਗੇ ਜਿਹੜੀ ਇਹਨਾਂ ਦੀ ਗੱਲ ਹੈ, ਇਹਨਾਂ ਨੇ ਅਫਗਾਨਿਸਤਾਨ 'ਚ ਸ਼ਰਨਾਰਥੀਆਂ ਲਈ ਵੀ ਬੜਾ ਕੰਮ ਕੀਤਾ ਔਰ ਕਿਸਾਨ ਅੰਦੋਲਨ 'ਚ ਵੀ ਇਹਨਾਂ ਨੇ ਬਹੁਤ ਸਾਰੀ ਸੇਵਾ ਕੀਤੀ ਹੈ। ਜੇ ਮੈਂ ਨਾ ਲਵਾਂ ਤਾਂ ਲੰਮਾ ਚੌੜੀ ਇਹ ਹੈਗੀ ਆ, ਔਰ ਅਦਰਵਾਈਜ਼ ਇਹ ਸਾਰੇ ਇਹਨਾਂ ਦੀ ਕੰਮਾਂ ਦੀ ਬਹੁਤ ਵੱਡੀ ਲਿਸਟ ਹੈ। ਤੁਹਾਨੂੰ ਅਸੀਂ ਫੋਟੋ ਸਟੇਟ ਕਰਾ ਕੇ ਵੀ ਦੇ ਰਹੇ ਹਾਂ, ਦੇ ਦਾਂਗੇ, ਔਰ ਅਸੀਂ ਖੁਸ਼ੀ ਲੈ ਰਹੇ ਹਾਂ ਇਹਨਾਂ ਨੂੰ ਇਹ ਅਵਾਰਡ ਦੇਣ ਵਾਸਤੇ। ਇਹਨਾਂ ਨਾਲ ਮੈਂ ਇੱਕ ਐਡ ਕਰਦੇ ਹਾਂ, ਇਹ ਦੇਖੋ ਟਰੱਸਟ ਦਾ ਨਾਂ ਹੈ ਸਰਬੱਤਦਾ ਭਲਾ। ਇਹਨਾਂ ਨੇ ਇਹ ਨਹੀਂ ਦੇਖਿਆ ਕਿ ਸਿੱਖ ਹੈ, ਹਿੰਦੂ ਹੈ, ਈਸਾਈ ਹੈ ਜਾਂ ਮੁਸਲਮਾਨ ਹੈ। ਸਭ ਵਾਸਤੇ, ਫਿਲੀਪੀਨਸ ਵਾਸਤੇ ਇਹਨਾਂ ਨੇ ਕੰਮ ਕੀਤਾ, ਪਾਕਿਸਤਾਨੀਆਂ ਵਾਸਤੇ ਇਹਨਾਂ ਨੇ ਕੰਮ ਕੀਤਾ, ਇਸੇ ਤਰ੍ਹਾਂ ਹੀ ਕਿ ਬਿਲਕੁਲ ਉੱਪਰ ਉੱਠ ਕੇ। ਔਰ ਇਹਨਾਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਿਹੜਾ ਆਪਾਂ ਰੋਜ਼ ਪੜ੍ਹਦੇ ਹਾਂ, ਉਹਨੂੰ ਮੁੱਖ ਰੱਖ ਕੇ ਆਪਦਾ ਸਰਬੱਤ ਦਾ ਭਲਾ ਟਰੱਸਟ ਦਾ ਨਾਮ ਰੱਖਿਆ। ਅਤੇ ਅਵਾਰਡ 'ਚ ਅਸੀਂ ਹਰ ਸਾਲ 1 ਲੱਖ ਰੁਪਈਆ ਡਗਦ, ਦੁਸ਼ਾਲਾ ਅਤੇ ਸਾਈਟੇਸ਼ਨ ਦਿੰਦੇ ਹਾਂ। ਉਹ ਭਾਵੇਂ ਮਲਟੀਮਿਲੀਅਨਰ ਹੈ, ਉਹਨਾਂ ਨੂੰ ਕੋਈ ਉਹਨਾਂ ਵਾਸਤੇ ਮਟੀਰੀਅਲ ਹੈ, ਪਰ ਇਹ ਇੱਜ਼ਤ ਹੈ, ਇੱਕ ਇੱਜ਼ਤ ਹੈ ਇਹਦੇ ਵੱਡੇ। ਉਹ ਬਾਬਾ ਫਰੀਦ ਜੀ ਦੇ ਪਵਿੱਤਰ ਸਥਾਨ ਤੋਂ ਉਹਨਾਂ ਨੂੰ ਇਹ ਅਵਾਰਡ ਮਿਲਣਾ ਬਹੁਤ ਵੱਡੀ, ਉਹਨਾਂ ਨੇ ਬਹੁਤ ਹੋਰ ਅਵਾਰਡ ਵੀ ਲਏ ਹੋਣੇ ਔਰ ਉਹਨਾਂ ਨੇ ਮਨਜ਼ੂਰ ਕਰ ਲਿਆ ਆਪ ਆਉਣਾ, ਆਉਣ ਦਾ ਮਨਜ਼ੂਰ ਕਰ ਲਿਆ। ਸਾਡੀ ਦਿੱਕਤ ਇਹ ਸੀ ਕਿ ਅਸੀਂ ਦੇਣੇ ਉਹਨਾਂ ਨੂੰ ਆ ਜਿਹੜੇ ਆ ਸਕਣ, ਖੁਦ ਆ ਕੇ ਲਵੇ। ਉਹਨਾਂ ਦੇ ਨੁਮਾਇੰਦੇ ਬੈਠੇ ਆ ਪਿੱਛੇ, ਉਹਨਾਂ ਨੇ ਉਹਨਾਂ ਤੋਂ ਯੈਸ ਲੈ ਲਈ ਹੈ ਟੈਲੀਫੋਨ ਤੇ ਕਿ ਉਹ ਖੁਦ ਆ ਕੇ ਇਹ ਅਵਾਰਡ ਜਿਹੜਾ ਨਾ ਲੈਣ। ਇਸ ਵਾਰੀ ਅਸੀਂ 55ਵਾਂ ਬਾਬਾ ਫਰੀਦ ਆਗਮਪੁਰ 2024 ਮਨਾਉਣ ਜਾ ਰਹੇ ਹਾਂ। ਅੱਜ ਤੱਕ 54 ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਵਾਰੀ ਅਸੀਂ ਸਰਦਾਰ ਸਿਮਰਜੀਤ ਸਿੰਘ ਜੀ ਸਿੱਖੋਂ ਇਹਨਾਂ ਦੀ ਪ੍ਰਧਾਨਗੀ ਹੇਠ ਮਨਾਉਣ ਜਾ ਰਹੇ ਹਾਂ। ਮਿਤੀ 12, 13, 14 ਨੂੰ ਅਸੀਂ ਇਹ ਬੱਚਿਆਂ ਦੇ ਪ੍ਰੋਗਰਾਮ ਕਰਵਾਏ ਗਏ, ਜਿਹੜੇ ਫਸਟ, ਸੈਕਿੰਡ, ਥਰਡ ਜਿਹੜੇ ਆਉਣਗੇ ਉਹਨਾਂ ਨੂੰ 10,000 ਰੁਪਇਆ, 7,000 ਰੁਪਏ ਅਤੇ 5,000 ਰੁਪਇਆ ਇਹ ਕੰਸਲੇਸ਼ਨ ਪ੍ਰਾਈਜ਼ ਦਿੱਤਾ ਜਾਊਗਾ। ਇਹ ਅਸੀਂ ਇਹ ਜਿਹੜੇ ਅਵਾਰਡ ਹੈ ਇਹ ਅਸੀਂ 23 ਤਰੀਕ ਨੂੰ ਦੁਪਹਿਰੇ 12 ਵਜੇ ਜੋ ਨਗਰ ਕੀਰਤਨ ਉੱਥੇ ਪਹੁੰਚ ਜਾਏਗਾ ਉਸ ਮੰਗ ਦੇ ਵਿੱਚ ਦਿੱਤਾ ਜਾਏਗਾ। ਇਹ ਵੈਸੇ ਅਸੀਂ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। 19 ਤਰੀਕ ਨੂੰ ਅਸੀਂ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਅਤੇ ਬਾਬਾ ਫਰੀਦ ਜੀ ਦੇ ਸਲੋਕਾਂ ਦੇ ਤੋਂ ਅਸੀਂ ਇਹ ਆਗਮਨ ਪੁਰ ਆਰੰਭ ਕੀਤਾ ਜਾਏਗਾ। ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦੁਆਰਾ ਟਿੱਲਾ ਸਾਹਿਬ ਵਿਖੇ, ਸ਼ਾਮ ਨੂੰ ਇਸੇ ਤਰ੍ਹਾਂ ਕਥਾ ਅਤੇ ਕੀਰਤਨ
ਹੋਏਗਾ। ਕਥਾ ਦੇ ਵਿੱਚ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਅਡੀਸ਼ਨਲ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਕਰਨਗੇ ਅਤੇ ਉਸੇ ਦਿਨ ਰਾਤ ਨੂੰ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਦਰਬਾਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨਿਹਾਲ ਕਰਨਗੇ। 20 ਤਰੀਕ ਨੂੰ ਇਸੇ ਤਰ੍ਹਾਂ ਹੀ ਸ਼ਾਮ ਨੂੰ ਟਿੱਲਾ ਗੁਰਦੁਆਰਾ ਬਾਬਾ ਫਰੀਦ ਵਿਖੇ ਭਾਈ ਸਾਹਿਬ ਭਾਈ ਸਿੰਘ ਸਾਹਿਬ ਗਿਆਨੀ ਨਿਸ਼ਾਨ ਸਿੰਘ ਜੀ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਤਰਨ ਤਾਰਨ ਸਾਹਿਬ ਵਾਲੇ ਉਹ ਕਥਾ ਦੁਆਰਾ ਸੰਗਤਾਂ ਨਿਹਾਲ ਕਰਨਗੇ ਅਤੇ ਰਾਤ ਨੂੰ ਇਸ ਤੋਂ ਬਾਅਦ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨਿਹਾਲ ਕਰਨਗੇ। ਇਸੇ ਤਰ੍ਹਾਂ ਗੁਰਦੁਆਰਾ ਗੋਦੜੀ ਸਾਹਿਬ ਵਿਖੇ 21 ਤਰੀਕ ਨੂੰ ਸ਼ਾਮ ਨੂੰ ਪ੍ਰਿੰਸੀਪਲ ਹਰਭਜਨ ਸਿੰਘ ਜੀ ਜਿਹੜੇ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਜਿਹੜੀ ਅਕੈਡਮੀ ਹੈ ਰੋਪੜ ਤੋਂ ਉਹ ਆ ਕੇ ਕਥਾ ਦੁਆਰਾ ਸੰਗਤਾਂ ਨਿਹਾਲ ਕਰਨਗੇ। ਇਸੇ ਤਰ੍ਹਾਂ ਉਸ 21 ਤਰੀਕ ਨੂੰ ਅਸੀਂ ਕਥਾ ਦਰਬਾਰ ਹੀ ਕਰਵਾਉਂਦੇ ਹਾਂ ਜਿਹੜਾ ਕਿ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਅਤੇ ਨਾਲ ਹੀ ਭਾਈ ਸਾਹਿਬ ਭਾਈ ਗਿਆਨੀ ਜੋਗਿੰਦਰ ਸਿੰਘ ਜੀ ਜਿਹੜੇ ਕਿ ਹੈੱਡ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਦਿੱਲੀ ਤੋਂ ਆ ਰਹੇ ਹਨ। 22 ਤਰੀਕ ਨੂੰ ਜਿਹੜਾ ਕਿ ਮਹਾਨ ਕੀਰਤਨ ਦਰਬਾਰ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਇਸ ਦੇ ਵਿੱਚ ਭਾਈ ਸਾਹਿਬ ਭਾਈ ਗੁਰਮਨਜੀਤ ਸਿੰਘ ਅਤੇ ਹਰਮਨਜੀਤ ਸਿੰਘ ਦਿੱਲੀ ਵਾਲੇ ਅਤੇ ਭਾਈ ਹਰਜੋਤ ਸਿੰਘ ਜੀ ਜ਼ਖਮੀ ਜਲੰਧਰ ਵਾਲੇ ਇਹ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। 21 ਤਰੀਕ ਨੂੰ ਸਵੇਰੇ 8 ਵਜੇ ਟਿੱਲਾ ਗੁਰਦੁਆਰਾ ਬਾਬਾ ਫਰੀਦ ਕੇ ਸ਼੍ਰੀ ਬਾਬਾ ਫਰੀਦ ਆਗਮਨ ਪੁਰਬ ਦੇ ਸੰਬੰਧ ਵਿੱਚ ਅਖੰਡ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਹਦਾ ਕਿ ਸਮਾਪਤੀ 23 ਸਤੰਬਰ ਨੂੰ ਸਮਾਪਤੀ ਹੋਏਗੀ ਸਵੇਰੇ 8 ਵਜੇ ਅਤੇ 9 ਵਜੇ ਅਖੰਡ ਆਰੰਭ ਹੋਏਗਾ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਕਿਲ੍ਹਾ ਚੌਂਕ ਹੁੱਕੀ ਵਾਲਾ ਚੌਂਕ ਜੁਬਲੀ ਚੌਂਕ ਹੁੰਦਾ ਹੋਇਆ ਕੋਟਪੁਰਾ ਰੋਡ 'ਤੇ ਹੁੰਦੇ ਹੋਏ 1 ਵਜੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਮਾਪਤੀ ਹੋਏਗਾ। 9 ਵਜੇ ਤੋਂ ਲੈ ਕੇ 1 ਵਜੇ ਤੱਕ ਉੱਥੇ ਧਾਰਮਿਕ ਸਮਾਗਮ ਹੋਣ ਜਿਸ ਦੇ ਵਿੱਚ ਅਵਾਰਡ ਫਾਰ ਇੱਕ ਬਾਫਰੀ ਦਾ ਅਵਾਰਡ ਫਾਰ ਹਿਊਮੈਨਿਟੀ ਅਤੇ ਦੂਜਾ ਅਵਾਰਡ ਤੁਹਾਨੂੰ ਦੱਸਣਗੇ ਜਿਹੜੇ ਕਿ ਅਸੀਂ ਇਸ ਵਾਰ ਸ਼ੁਰੂ ਕਰਨ ਜਾ ਰਹੇ ਹਾਂ ਸਿਮਰਜੀਤ ਸਿੰਘ ਜੀ ਦੱਸਣਗੇ ਇਸ ਬਾਰੇ ਇਹ ਦਿੱਤਾ ਜਾਏਗਾ। ਇਸ ਦਰਮਿਆਨ ਅਸੀਂ ਸਾਰੀ ਸੰਗਤਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਇੱਕ ਤਾਂ ਰਸਤੇ ਨਗਰ ਕੀਰਤਨ ਦੇ ਵਿੱਚ ਡਿਸਪੋਜ਼ਲ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਕਿ ਗੰਦਗੀ ਦਾ ਢੇਰ ਨਾ ਲੱਗੇ ਅਤੇ 22 ਅਤੇ 23 ਤਰੀਕ ਨੂੰ ਰਾਤ ਨੂੰ ਵੀ ਆਪਣੇ ਘਰਾਂ ਦੇ ਦੀਪਮਾਲਾ ਕੀਤੀ ਜਾਵੇ ਕਿਉਂਕਿ ਬਾਬਾ ਫਰੀਦ ਸਾਹਿਬ ਜੀ ਦਾ ਬੜਾ ਪਵਿੱਤਰ ਇਹ ਆਗਮਨ ਪੁਰਬ ਹੈ ਇਸ ਦੇ ਸੰਬੰਧ। ਇੱਕ ਦਿਨ ਦੋ ਦਿਨ ਪਹਿਲਾਂ ਆਪਣੇ ਬੱਚੇ ਬਲੱਡ ਬੈਂਕ ਲਾਉਂਦੇ ਬਲੱਡ ਇਕੱਠਾ ਕਰਦੇ ਹੈ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਖਰਚਾ ਕਿਸ ਤਰ੍ਹਾਂ ਚੱਲਦਾ ਹੈ ਉਹ ਕਹਿੰਦੇ ਅਸੀਂ ਤਾਂ ਕਦੇ ਨਹੀਂ ਕਿਸੇ ਤੋਂ ਲਿਆ। ਮੈਂ ਕਿਹਾ ਸਾਡੀ ਸੁਸਾਇਟੀ ਨੇ ਤੁਹਾਨੂੰ ਦਿੱਤਾ ਕਹਿੰਦੇ ਕਿ ਨਹੀਂ ਸੇਖੋਂ ਸਾਹਿਬ ਸੀ ਸਰ ਦੀਪਿੰਦਰ ਸਿੰਘ ਹੋਰੀ ਅਤੇ ਫਿਰ ਅਸੀਂ ਇਹ ਫੈਸਲਾ ਕੀਤਾ ਕਿ ਇਹਨਾਂ ਨੂੰ ਐਤਕੀ 51,000 ਰੁਪਇਆ ਉਹਨਾਂ ਨੂੰ ਨਹੀਂ ਪਤਾ ਹਾਲੇ ਕਿ 51,000 ਰੁਪਏ ਐਤਕੀ ਆਪਾਂ ਇਹਨਾਂ ਨੂੰ ਦੇਈਏ। ਜਿਹੜੀ ਬਾਬਾ ਫਰੀਦ ਦੀ ਬਲੱਡ ਸੇਵਾ ਸੁਸਾਇਟੀ ਆ ਬੋੜੀ 16 ਤੋਂ ਕੰਮ ਕਰ ਰਹੀ ਹੈ ਉਹਨਾਂ ਨੂੰ ਸੇਖੋਂ ਸਾਹਿਬ ਦੇ ਨਾਂ 'ਤੇ ਇਹਨਾਂ ਨੂੰ ਦੇ ਰਹੇ ਹਾਂ। ਇੰਦਰਜੀਤ ਸਿੰਘ ਖਾਲਸਾ ਜੀ ਜਿਹੜੇ ਫਾਊਂਡਰ ਚੇਅਰਮੈਨ ਸੀ ਸੰਸਥਾ ਦੇ 51 ਸਾਲ ਉਹਨਾਂ ਨੇ ਇਸਤਾਮ ਸੇਵਾ ਕੀਤੀ ਹੈ ਅਤੇ ਇਸ ਸਿਆਸਤ ਸਥਾਨ ਦੀ ਪ੍ਰਸਿੱਧੀ ਮਹਾਨਤਾ ਮਹੱਤਤਾ ਨੂੰ ਦੁਨੀਆ ਤੱਕ ਪਹੁੰਚਾਇਆ ਹੈ ਇਸ ਵੇਲੇ ਦੇ ਜ਼ਰੀਏ ਸੰਸਥਾਵਾਂ ਦੇ ਜ਼ਰੀਏ ਉਹਨਾਂ ਦੇ ਨਾਂ 'ਤੇ ਅਸੀਂ ਉਹਨਾਂ ਨੂੰ ਐਤਕੀ ਦਿਆਂਗੇ। ਸ਼ਾਇਦ ਉਹਨਾਂ ਨੂੰ ਪਹਿਲਾਂ ਵੀ ਪੰਜਾਬ ਪੱਧਰ 'ਤੇ ਕਈ ਮਿਲ ਚੁੱਕੇ ਆ ਆਨਰਸ ਉਹਨਾਂ ਨੂੰ ਆਨਰ ਕੀਤਾ ਜਾ ਚੁੱਕਿਆ। ਜਿੱਥੇ ਵੀ ਲੋੜ ਹੁੰਦੀ ਆ ਉਹ ਖੂਨਦਾਨ ਦਾ ਕੈਂਪ ਲਾ ਦਿੰਦੇ ਆ ਉਹਨਾਂ ਨੂੰ ਸੱਦਾ ਮਿਲਦਾ ਔਰ ਉੱਥੇ ਦੀਆਂ ਬਲੱਡ ਬੈਂਕ ਕੋਲ ਖੂਨਦਾਨ ਜਿਹੜਾ ਉਹ ਜਮ੍ਹਾਂ ਡੋਨੇਟ ਕੀਤਾ ਖੂਨ ਜਮ੍ਹਾਂ ਹੋ ਜਾਂਦਾ ਐਤਕੀ ਵੀ
ਜਿਹੜਾ ਪਰਸੋਂ ਉਹਨਾਂ ਨੇ 12 ਤਰੀਕ ਨੂੰ ਕੈਂਪ ਲਾਇਆ ਸੀ।